तरनतारण आंदे पिंड वड़िंग सूबा सिंह विखे बीती रात चोरी की घटना वापरन संबंधी मामला सामने आया है। परिवारक मैंबरों मुताबक उस सारा परिवार लॉबी विच सुत्ता पिया सी ते देर रात चोर पिछले कमरे नूं सन ला के चांदी दे गहने ते नकदी चोरी करके फरार हो गए। पीड़ित परिवार ने दस्या कि उन्होंने जदों पिछले कमरे विच खड़का सुनाई दिता तो उन्होंने चोरों नूं काबू करन दी कोशिश की, परंतु चोर पिछले रस्ते थानी दौड़ गए। इस मौके पिंड के मौतबार आगुआ ने पुलिस प्रशासन की ढिली कारगुजारी से भी सवाल चुके हैं। फिलहाल पीड़ित परिवार वालों पुलिस को इसकी शिकायत दी जा चुकी है ते पुलिस इस मामले में जांच कर रही है। ਜੀ ਕੀ ਨਾਮ ਹੋ ਜੀ ਤੁਹਾਡਾ? ਗੁਰਮੇਸ਼ ਸਿੰਘ ਜੀ। ਕਿਹੜਾ ਪਿੰਡ ਆ? ਐਵਨ ਕਸੂਬਾ ਸਿੰਘ। ਤੁਹਾਡੇ ਜਿਹੜੇ ਆ ਸੰਦ ਲਾ ਕੇ ਚੋਰੀ ਕੀਤੀ ਚੋਰਾਂ ਨੇ, ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਜੀ 6-7 ਹਜ਼ਾਰ ਰੁਪਈਆ ਹੈ ਨਿੱਕੇ ਦਾ। ਉਹ ਖੜਿਆ ਜੀ, ਦੋ ਕੜਿਆਂ ਦੀਆਂ ਜੋੜੀਆਂ ਖੜੀਆਂ ਚਾਂਦੀ ਦੀਆਂ ਜੀ, ਤੇ 200 ਕੁ ਰੁਪਈਆ ਬਾਹਰ ਦਾ ਕਤਰ ਦਾ ਉਹ ਖੜਿਆ ਜੀ। ਅੱਛਾ, ਤੇ ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ 1:30 ਵਜੇ ਜੀ ਅਸੀਂ ਉੱਠੇ ਹਾਂ ਜੀ, ਜਦੋਂ ਖੜਾਕਾ ਸੁਣਿਆ। ਪਰਿਵਾਰ ਕਿੱਥੇ ਸੁੱਤਾ ਹੈ? ਪਰਿਵਾਰ ਇੱਥੇ ਲੁੱਬੀ ਸੁੱਤਾ ਹੈ ਜੀ ਬਾਹਰ। ਅਤੇ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਵੀ ਚੋਰੀ ਹੋ ਗਈ ਹੈ? ਅੰਦਰ ਜੀ ਉਹ ਚਾਨਣ ਵੱਜਣ ਡਿਆ ਸੀ ਅਤੇ ਖੜਾਕਾ ਆਉਣ ਡਿਆ ਸੀ ਅੰਦਰੋਂ, ਅਤੇ ਉਹਦਾ ਕਰਕੇ ਅਸੀਂ ਉੱਠ ਖਲੋਤੇ ਦੌੜਾਂ ਜੀ। ਹੋਰ ਵੀ ਨੁਕਸਾਨ ਹੋ ਸਕਦਾ ਜੀ, ਨਾ ਤੁਹਾਡੀ ਜਾਗ? ਹਾਂਜੀ ਹੋ ਸਕਦਾ ਜੀ, ਹੋਰ ਵੀ ਕੀਤਾ ਨਾ ਕੀ ਕਰਕੇ ਜਾਣਾ ਸੀ ਜੀ। ਅਤੇ ਕਿਹੜਾ ਕਿਹੜਾ ਸਮਾਨ ਤੁਹਾਡਾ ਬਚ ਗਿਆ ਜਿਹੜਾ ਬਚਾਅ ਹੋ ਗਿਆ? ਸਾਡਾ ਲੀੜਾ ਕੱਪੜਾ ਜੀ ਬਚ ਗਿਆ ਜਿਹੜਾ ਵੇਚਣ ਪਾਰੀ ਦੇ ਜੀ, ਹੋਰ ਨਿੱਕੇ ਦੇ ਲੀੜੇ ਜਾਂ ਵੱਡਿਆਂ ਦੇ ਜੀ। ਹਾਂਜੀ, ਕੀ ਮੰਗ ਕੀ ਕਰਦੇ? ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਹਾਂਜੀ, ਸੋ ਕੀ ਮੰਗ ਕਰਦੇ ਸਰਕਾਰ ਕੋਲੋਂ, ਪ੍ਰਸ਼ਾਸਨ ਕੋਲੋਂ? ਅਸੀਂ ਕਹਿੰਦੇ ਜੀ ਚੋਰ ਫੜਨੇ ਚਾਹੀਦੇ ਆ ਜੀ, ਉਹਨਾਂ ਨੂੰ ਸਜ਼ਾ ਸੁਝਾ ਹੋਣੀ ਚਾਹੀਦੀ ਜੀ। ਹਾਂਜੀ, ਕੀ ਨਾਂ ਜੀ? ਭਾਈ ਨਰਮਲ ਸਿੰਘ। ਕਿਹੜਾ ਪਿੰਡ ਜੀ? ਪਿੰਡ ਜੀ ਵੜਿੰਗ ਸੂਬਾ ਸਿੰਘ, ਗਵਾਂਢੀ ਆਪਣੇ ਜਿੱਥੇ ਨੁਕਸਾਨ ਹੋਇਆ ਇਹਨਾਂ ਦਾ। ਸਮਾਨ ਜੀ ਅਸੀਂ ਤਾਂ ਰਾਤ ਮੰਡੀ 'ਚੋਂ ਆਏ 11 ਵਜੇ, ਤੋ ਬੰਦੇ ਕਿਤੇ ਲਾਗੇ ਬੰਦੇ ਬੈਠੇ ਰਹੇ ਇੱਥੇ ਕਿਤੇ, ਅਤੇ ਜਦੋਂ ਕਿਤੇ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਟੇਕ ਲੈਣ ਦੀ ਭਾਅ ਟੇਕੇ, ਤਾਂ ਘੰਟੇ ਬਾਅਦ 'ਚ ਇਹਨਾਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਹਾਂਜੀ, ਨੁਕਸਾਨ ਹੁਣ ਕਿੰਨਾ ਕੁ ਹੋਇਆ? ਨੁਕਸਾਨ ਜੀ ਇਹਨਾਂ ਦੇ ਕਹਿਣ ਮੁਤਾਬਕ ਕੋਈ ਲਗਭਗ 15-20 ਹਜ਼ਾਰ ਦੇ ਵਿੱਚ ਹੈ ਜਿਹੜਾ ਹੋਇਆ। ਹਾਂਜੀ, ਇਹ ਜੀ ਬਹੁਤ ਮੰਦਭਾਗਾ ਵਾ, ਵੇਖੋ ਕਿਸੇ ਘਰ ਵੇਲੇ ਬੀਬੀਆਂ ਕਰ ਲਈਆਂ, ਬੰਦੇ ਬਾਹਰ ਕੰਮਾਂ ਕਰਨ 'ਤੇ ਚਲੇ ਜਾਂਦੇ, ਜਿਸ ਤਰ੍ਹਾਂ ਮੰਡੀ ਚਲੇ ਗਏ ਉਹ ਤਾਂ ਟਾਈਮ ਲੱਗਦਾ ਵਾ ਅੱਜ ਕੱਲ੍ਹ, ਅਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਥੋੜ੍ਹਾ ਜਿਹਾ ਨਾ ਇਹ ਆਪਣੇ ਪੁਲਿਸ ਪ੍ਰਸ਼ਾਸਨ ਦੇ ਥੋੜ੍ਹਾ ਜਿਹਾ ਇਹਨਾਂ ਨੂੰ ਥੋੜ੍ਹਾ ਸਖਤੀ ਵਰਤੀ ਜਾਵੇ, ਅਤੇ ਜਰਾ ਵੀ ਇਹੋ ਜਿਹੀਆਂ ਜਾਂ ਥੋੜ੍ਹਾ ਬੰਦੇ ਫੜੇ ਜਾਣ ਕੋਈ ਇਹੋ ਜਿਹੇ ਜਿਹੜੇ ਮੇਨ ਆ, ਅਤੇ ਘੱਟ ਵੀ ਸਕਦੀਆਂ ਜੀ। ਮੇਰਾ ਨਾਂ ਰਣਜੀਤ ਸਿੰਘ ਰਾਣਾ ਜੀ, ਮੌਜੂਦਾ ਮੈਂਬਰ ਪੰਚਾਇਤ। ਤੁਹਾਡੇ ਜਿਹੜੇ ਪਿੰਡ ਚੋਰੀ ਹੋਈ ਆ, ਕਿੱਦਾਂ ਘਟਨਾ ਵਾਪਰੀ ਆ, ਕਿੰਨਾ ਕੁ ਨੁਕਸਾਨ ਹੋਇਆ ਪਰਿਵਾਰ ਦਾ? ਇਹ ਪਰਿਵਾਰ ਬੈਗ ਦੇ ਵਿੱਚ ਰਹਿੰਦਾ ਵਾ, ਸਰਦਾਰ ਗੁਰਮੇਲ ਸਿੰਘ, ਅਤੇ ਇਹਨਾਂ ਦੇ ਘਰ ਪਿੱਛੋਂ ਮਤਲਬ ਆਏ ਆ ਬੰਦੇ, ਉਹਨਾਂ ਨੇ ਪਿੱਛੋਂ ਕੰਧ ਤੋੜ ਕੇ ਅਤੇ ਇਹਨਾਂ ਦੀ ਜਿਹੜੀ ਅਲਮਾਰੀ ਸੀ ਕੁਝ ਵਿੱਚ ਉਹਦੇ ਪੈਸੇ ਸੀ, ਕੁਝ ਹੋਰ ਸਮਾਨ ਸੀ, ਕੜੇ ਵਗੈਰਾ ਸੀ, ਕੋਈ 15-20 ਹਜ਼ਾਰ ਰੁਪਈਏ ਦਾ ਜਿਹੜਾ ਉਹ ਇਹਨਾਂ ਦਾ ਨਗਦੀ ਜਿਹੜਾ ਉਹ ਸਮਾਨ ਗਿਆ ਵਾ। ਅਸੀਂ ਸਭ ਤੋਂ ਪਹਿਲਾਂ ਤਾਂ ਇਹ ਮੰਗ ਕਰਦੇ ਵੀ ਇਹਦਾ ਜਿਹੜੀ ਜ਼ਿੰਮੇਵਾਰ ਹੈ ਪੁਲਿਸ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ, ਕਿਉਂਕਿ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਇਹਨਾਂ ਚੋਰਾਂ 'ਤੇ, ਇਹਨਾਂ ਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਵਾਂ, ਅਤੇ ਉਹ ਸ਼ਰੇਆਮ ਦਿਨ ਦਿਹਾੜੇ ਰਾਤ ਨੂੰ ਜਦੋਂ ਵੀ ਉਹਨਾਂ ਦਾ ਮਨ ਕਰਦਾ ਆਪਣੀ ਮਨ ਮਰਜ਼ੀ ਮੁਤਾਬਕ ਉਹ ਚੋਰੀਆਂ ਕਰ ਰਹੇ ਆ, ਅਤੇ ਪੁਲਿਸ ਜਿਹੜੀ ਉਹ ਕੁੰਭਕਰਨ ਦੀ ਨੀਂਦ ਸੁੱਤੀ ਆ, ਅਤੇ ਪ੍ਰਸ਼ਾਸਨ ਬਿਲਕੁਲ ਹੀ ਇਸ ਗੱਲ 'ਤੇ ਕੋਈ ਵੀ ਜਿਹੜਾ ਵਾ ਆਪਣੀ ਡਿਊਟੀ ਨਹੀਂ ਦੇ ਰਿਹਾ। ਇਕਬਾਲ ਸਿੰਘ ਹੈ ਜੀ। ਇਕਬਾਲ ਸਿੰਘ ਜੀ, ਤੁਹਾਡੇ ਪਿੰਡ ਜਿਹੜੀ ਚੋਰੀ ਹੋਈ ਆ, ਕਿੱਦਾਂ ਘਟਨਾ ਵਾਪਰੀ ਆ, ਕਿੰਨੇ ਕੁ ਵਜੇ ਦੀ ਰਾਤ ਦੀ ਘਟਨਾ ਦੱਸੀ ਜਾ ਰਹੀ ਹੈ? ਇਹ ਕੋਈ ਰਾਤ 1:30 ਵਜੇ ਦੇ ਕਰੀਬ ਚੋਰੀ ਹੋਈ ਆ ਜੀ। ਪਿਛਲੇ ਬੰਨੇ ਕੰਧ ਪਾੜ ਕੇ ਪਰਿਵਾਰ ਅਗਲੇ ਬੰਨੇ ਸੁੱਤਾ ਸੀ, ਅਤੇ ਪਿੱਛੋਂ ਦੀ ਚੋਰ ਆਏ ਤਾਂ ਉਹਨਾਂ ਕੰਧ ਪਾੜ ਕੇ ਸਾਹ ਲਾ ਕੇ ਚੋਰੀ ਕੀਤੀ ਗਈ ਹੈ ਜੀ। ਅੱਛਾ, ਪਰਿਵਾਰ ਦੀ ਜਾਗ ਖੁੱਲ੍ਹ ਗਈ ਤਾਂ ਕਰਕੇ ਮੁੜ ਕੇ ਭੱਜ ਗਏ ਚੋਰ? ਹਾਂ, ਜੋ ਪਰਿਵਾਰ ਦੀ ਜਾਗ ਖੁੱਲ੍ਹੀ ਤਾਂ ਉਹਨਾਂ ਬੂਹਾ ਬੰਦ ਕੀਤਾ, ਅਤੇ ਪਰ ਉਹਨਾਂ ਨੂੰ ਇਹ ਨਹੀਂ ਵੀ ਪਿੱਛੋਂ ਦੀ ਆਇਆ ਚੋਰ, ਉਹ ਆਪਣੇ ਆਪ ਅੱਗੇ ਬੰਨੇ ਘੇਰਾਬੰਦੀ ਕਰਦੇ ਰਹੇ, ਚੋਰ ਪਿਛਲੇ ਬੰਨੇ ਦੀ ਭੱਜ ਗਏ। ਨੁਕਸਾਨ ਘੱਟੋ ਘੱਟ 15-20 ਹਜ਼ਾਰ ਦਾ ਆਇਆ ਜੀ। ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ? ਲਗਾਤਾਰ ਜਿੱਦਾਂ ਨਸ਼ਾ ਵੱਧ ਰਿਹਾ, ਨਸ਼ੇੜੀ ਜਿਹੜੇ ਲਗਾਤਾਰ ਲੁੱਟਾਂ ਖੋਹ ਚੋਰੀਆਂ ਕਰ ਰਹੇ ਨੇ, ਮੰਗ ਕੀ ਸਰਕਾਰ ਕੋਲੋਂ?
सरकार कोलों की मंग कर सकते जी, जिहड़ी सरकार आ जां पुलिस प्रशासन काम च नाकामयाब आ, क्योंकि लगातार चोरियां हो रही वा ते अज तक किसी चोर का सरकार रहट नहीं पा रही। नशे लगातार नशे पिंडां च विक रहे आ, कोई पुलिस प्रशासन कुछ नहीं कर रहा। मैं तां इहनां